ਨਮਸਤੇ ਆਉਮਾ ਪ੍ਰਗੇਸ ਲੋਤਰਾ ਤੇ ਤੋਂ ਸਾਰੇ ਲੋਕ ਦਿਖਾ ਰਹੇ ਹੋ ਸਿੱਧੀ ਲਕੀ ਕੋਵਿਡ ਬੁਲੇਟਿਨ ਤੁਹੰਦੇ ਗਨੇ ਸਾਂਝਾ ਕਰਨ ਤਾਂ ਹੀ ਮੈਂ ਇਸ ਵੇਲੇ ਆਈ ਦੀਆਂ ਤੇ ਅੱਜ ਦੇ ਦਿਨ ਸਾਡੇ ਜੰਮੂ ਕਸ਼ਮੀਰ ਚ 17 ਲੋਕ ਪੂਰੇ ਹੋਈ ਦਿਨ ਹੈ ਕੋਵਿਡ 19 ਦੀ ਵਾਇਆ ਕਰਨੇ ਇਨ 17 ਵਿੱਚੋਂ ਜੇ ਗੱਲ ਕਰਾਂ ਸੱਤ ਮੋਤਾਂ ਜਿਹੜੀਆਂ ਨੇ ਜੰਮੂ ਡਿਵੀਜ਼ਨ ਤੋਂ ਦਿਖਨੇ ਕਿਥੋਈਆਂ ਨੇ ਤੇ ਕਸ਼ਮੀਰ ਡਿਵੀਜ਼ਨ ਤੋਂ 10 ਲੋਕ ਜਿਹੜੇ ਨੇ ਉਹ ਪੂਰੇ ਹੋਈ ਦਿਨ ਹੈ ਇਆਂ ਗੇ ਤੁਹ ਸੈਗੀ ਸੁਣਾਵਾ ਕਿ ਅੱਜ ਦੇ ਦਿਨ ਜੇ ਗੱਲ ਕਰਾਂ ਮੈਂ ਨਵੇਂ ਕੇਸਿਸ ਦੀ ਤੇ 1098 ਕੇਸ ਜਿਹੜੇ ਨੇ ਨਵੇਂ ਦਿਖਨੇਗੇ ਥੋਏ ਕੋਵਿਡ ਦੇ ਜਿਹਦੇ ਵਿੱਚੋਂ 324 ਨਵੇਂ ਕੇਸ ਜੰਮੂ ਡਿਵੀਜ਼ਨ ਤੋਂ ਦਿਖਨੇਗੇ ਥੋਏ ਨਾ ਤੇ 774 ਕੇਸ ਜਿਹੜੇ ਨੇ ਕਸ਼ਮੀਰ ਡਿਵੀਜ਼ਨ ਤੋਂ ਦਿਖਨੇਗੇ ਥੋਏ ਇਹਰੇ ਕੰਨੇ ਇਹ ਇੱਕ ਚੰਗੀ ਖਬਰ ਅੱਜ ਦੀ ਇਹ ਸੁਣਾਵਾਂ ਤੁਸਾਂ ਗੀ ਕਿ ਰਿਕਵਰੀਜ਼ ਜਿਹੜੀਆਂ ਨੇ ਉਹ ਮਤੀਆਂ ਹੋਈਆਂ ਨੇ 3046 ਰਿਕਵਰੀਆਂ ਜਿਹੜੀਆਂ ਉਹ ਅੱਜ ਦੇ ਦਿਨ ਹੋਈਆਂ ਯਾਨੀ ਕਿ 3046 ਲੋਕ ਇੱਕ ਦਿਨ 'ਚ ਰਿਕਵਰ ਕਰੀ ਆਠੇ ਨੇ ਤੇ ਜਿਹਦੇ ਵਿੱਚੋਂ 944 ਰਿਕਵਰੀ ਜੰਮੂ ਡਿਵੀਜ਼ਨ ਤੋਂ ਹੋਈ ਹੈ ਤੇ 2102 ਯਾਨੀ ਕਿ 2102 ਰਿਕਵਰੀਆਂ ਕਸ਼ਮੀਰ ਡਿਵੀਜ਼ਨ ਤੋਂ ਦਿਖਣੇਗੀ ਤੋਂ ਹੀਆਂ ਕਸ਼ਮੀਰ ਡਿਵੀਜ਼ਨ ਤੇ ਅੱਜ ਦੇ ਦਿਨ ਰਿਕਵਰੀਆਂ ਜਿਹੜੀਆਂ ਉਹ ਜ਼ਿਆਦਾ ਹੋਈਆਂ ਜੰਮੂ ਦੇ ਕੰਪੈਰੀਜ਼ਨ ਤੋਂ ਤੇ ਜਿਹੜੀਆਂ 17 ਮੋਤਾਂ ਹੋਈਆਂ ਨੇ ਅੱਜ ਦੇ ਦਿਨ ਜਿਦੇ ਵਿੱਚੋਂ 7 ਮੋਤਾਂ ਜੰਮੂ ਡਿਵੀਜ਼ਨ ਤੋਂ ਹੋਈਆਂ ਤੇ 10 ਮੋਤਾਂ ਜਿਹੜੀਆਂ ਕਸ਼ਮੀਰ ਡਿਵੀਜ਼ਨ ਤੋਂ ਹੋਈਆਂ ਇਹਦਾ ਤੁਸੀਂ ਕੀ ਸਾਹਵ ਦੱਸੀ ਹੋਣੀਆਂ ਕਿ ਦੋ ਮੋਤਾਂ ਅੱਜ ਦੇ ਦਿਨ ਜੀਐਮਸੀ ਜੰਮੂ ਤੋਂ ਹੀਆਂ ਐ ਜੀਐਮਸੀ ਰਜੋਰੀ ਤੋਂ ਇੱਕ ਬੰਦੇ ਦੀ ਪੂਰੇ ਹੋਣ ਦੀ ਖਬਰ ਆਈ ਹੈ ਇੱਕ ਬੰਦਾ ਜਿਹੜਾ ਜੀਐਮਸੀ ਕਟੂਏ ਤੋਂ ਵੀ ਪੂਰਾ ਹੋਇਆ ਹੈ ਇੱਕ ਬੰਦਾ ਡਿਸਟ੍ਰਿਕਟ ਹਸਪੀਟਲ ਕਿਸ਼ਤਵਾਰ ਤੋਂ ਪੂਰਾ ਹੋਇਆ ਹੈ ਇੱਕ ਮੌਤ ਜਿਹੜੀ ਹੈ ਡਿਸਟ੍ਰਿਕਟ ਹਸਪੀਟਲ ਰਿਆਸੀ ਤੋਂ ਵੀ ਹੋਈ ਹੈ ਕੋਵਿਡ ਦੀ ਵਾਇਰ ਕਰਨੇ ਐਮਐਚ ਸਤਵਾਰੀ ਤੋਂ ਵੀ ਇੱਕ ਬੰਦਾ ਪੂਰਾ ਹੋਇਆ ਹੈ ਐਸਐਮਐਚ ਸਿਰਨਗਰ ਤੋਂ ਤਰੇਹ ਲੋਕਾਂ ਦੀ ਮੌਤ ਦੀ ਖਬਰ ਆਈ ਦੀ ਹੈ ਸਕਿਮਸ ਸੋਰਾ ਚ ਦੋ ਬੰਦੇ ਪੂਰੇ ਹੋਏ ਨੇ ਕੋਵਿਡ ਦੇ ਕਾਰਨ ਡਿਸਟ੍ਰਿਕਟ ਹਸਪੀਟਲ ਪੁਲਵਾਮਾ ਤੋਂ ਇੱਕ ਬੰਦੇ ਦੀ ਮੌਤ ਦੀ ਖਬਰ ਆਈ ਰਹੀ ਹੈ ਜੀ ਐਲ ਐਨ ਐਮ ਹਸਪੀਟਲ ਤੋਂ ਇੱਕ ਬੰਦਾ ਪੂਰਾ ਹੋਇਆ ਔਰ 에ਰੇ ਕੰਨੇ ਜੀ ਐਮ ਸੀ ਬਾਰਾਮੂਲਾ ਤੋਂ ਵੀ ਇੱਕ ਬੰਦੇ ਦੀ ਮੌਤ ਦੀ ਖਬਰ ਆਈ ਦੀ ਹੈ ਸੀ ਐਚ ਸੀ ਟੰਗਦਰ ਤੋਂ ਵੀ ਇੱਕ ਬੰਦਾ ਪੂਰਾ ਹੋਇਆ ਔਰ ਜੀ ਐਮ ਸੀ ਅਨੰਤਨਾਗ ਤੋਂ ਵੀ ਇੱਕ ਬੰਦੇ ਦੀ ਮੌਤ ਦੀ ਖਬਰ ਆਈ ਦੀ ਕੋਵਿਡ 19 ਦੇ ਕਾਰਨ ਇਹ 17 ਮੌਤਾਂ ਤੋਂ ਸਹਿਮੇ ਦਸੀਆਂ ਨਹੀਂ ਆ ਉਹ ਤੁਸੀਂ ਇਹ ਦਸਨੀ ਆ ਅੱਜ ਦੇ ਜਿਹੜੇ ਕੇਸ ਆਏ ਨੇ ਤੇ ਜੰਮੂ ਜ਼ਿਲ੍ਹੇ ਚ ਯਾਨੀ ਕਿ ਜੰਮੂ ਡਿਸਟ੍ਰਿਕਟ ਚ ਅੱਜ ਦੇ ਦਿਨ 97 ਕੇਸ ਨਵੇਂ ਦਿਖਨੇਗੇ ਥੋਏ ਨਾ ਉਦਮਪੁਰ ਤੋਂ 22 ਲੋਕ ਪੋਜ਼ੀਟਿਵ ਹੋਏ ਨੇ ਅੱਜ ਦੇ ਦਿਨ 46 ਨਵੇਂ ਕੇਸ ਰਜੋਰੀ ਤੋਂ ਦਿਖਨੇਗੇ ਥੋਏ 41 ਨਵੇਂ ਕੇਸ ਡੋਡਾ ਤੋਂ ਦਿਖਨੇਗੇ ਥੋਏ ਕਠੂਏ ਤੋਂ 18 ਨਵੇਂ ਕੋਵਿਡ ਦੇ ਮਾਮਲੇ ਸਾਹਮਣੇ ਆਏ ਨੇ 8 ਕੇਸ ਸਾਂਬੇ ਤੋਂ ਦਿਖਨੇਗੇ ਥੋਏ ਨਾ 10 ਨਵੇਂ ਕੇਸ ਕਿਸ਼ਤਵਾਰ ਤੋਂ ਦਿਖਨੇਗੇ ਥੋਏ 35 ਲੋਕ ਪੂੰਛ ਦੇ ਰੋਣੇ ਵਾਲੇ ਅੱਜ ਦੇ ਦਿਨ ਉਹਦਾ ਕੋਵਿਡ 19 ਦਾ ਟੈਸਟ ਪੋਜ਼ੀਟਿਵ ਆਇਆ ਹੈ 37 ਲੋਕ ਜਿਹੜੇ ਨੇ ਰਾਮਬੰਦ ਰੋਣੇ ਵਾਲੇ ਅੱਜ ਦੇ ਦਿਨ ਕੋਵਿਡ ਦੇ ਜਾਲਤ ਫਸੇ ਨੇ ਔਰ 10 90 ਕੇਸ ਰਿਆਸੀ ਤੂੰ ਵੀ ਦਿਖਨੇਗੇ ਥੋਏ ਕੋਵਿਡ 19 ਦੇ ਹੁਣ ਗੱਲ ਕਰਨਿਆ ਰਿਕਵਰੀਜ਼ ਦੀ ਤੇ ਜੰਮੂ ਡਿਵੀਜ਼ਨ ਚ ਬਥੇਰੀਆਂ ਰਿਕਵਰੀਆਂ ਹੋਈਆਂ ਉਹਦੇ ਵਿੱਚੋਂ 436 ਲੋਕ ਜਿਹੜੇ ਨੇ ਉਹ ਜੰਮੂ ਜ਼ਿਲ੍ਹੇ ਤੋਂ ਰਿਕਵਰ ਹੋਏ ਨੇ ਉਦੋਂਪੂਰ ਤੋਂ 23 ਲੋਕਾਂ ਦੇ ਰਿਕਵਰੀ ਦੀ ਖਬਰ ਆਈ ਦੀ ਹੈ ਰਜੋਰੀ ਦੇ ਰੋਣੇ ਵਾਲੇ ਬੁੰਝਾ ਲੋਕ ਅੱਜ ਦੇ ਦਿਨ ਕੋਵਿਡ ਤੋਂ ਨਿਪਟਾਰਾ ਜਿਹੜਾ ਉਹ ਹੁੰਦਾ ਉਹ ਹੀ ਹੈ 62 ਲੋਕ ਜਿਹੜੇ ਡੋਡਾ ਤੋਂ ਰਿਕਵਰ ਕਰਿਆ ਠੇ ਨੇ 24 ਰਿਕਵਰੀਆਂ ਕਠੂਵੇ ਤੋਂ ਹੋਈਆਂ ਨੇ ਤੇਰਾੜੀ ਕਵਰੀਆਂ ਸਾਹਮੇ ਤੋਂ ਹੋਈਆਂ ਨੇ ਕਿਸ਼ਤਵਾਰ ਦੇ ਰੋਣੇ ਵਾਲੇ 17 ਲੋਕ ਅੱਜ ਦੇ ਦਿਨ ਕੋਵਿਡ ਬਿਮਾਰੀ ਤੋਂ ਮੁਕਤ ਹੋਏ ਨੇ ਯਾਨੀ ਕਿ ਉਹਦੀ ਰਿਕਵਰੀ ਹੋਈ ਹੈ 144 ਰਿਕਵਰੀਆਂ ਪੁੰਛਤੂ ਦੀ ਕਨੇਗੀ ਤੋਂ ਹੋਈਆਂ 131 ਲੋਕ ਰਾਮਬੰਦੂ ਰਿਕਵਰ ਹੋਏ ਨੇ ਔਰ 82 ਤੋਂ 42 ਲੋਕ ਅੱਜ ਦੇ ਦਿਨ ਆਪਣੇ ਆਪਣੇ ਘਰ ਗਏ ਨੇ ਕਿ ਕਿ ਕੇ ਉਹਦਾ ਕੋਵਿਡ-19 ਦਾ ਟੈਸਟ ਅੱਜ ਨੈਗੇਟਿਵ ਆਇਆ ਓਨ ਗੱਲ ਕਰਨਿਆ ਕਸ਼ਮੀਰ ਦੀ ਤਾਂ ਸਿਰਨਾਗਰ 'ਚ ਅੱਜ ਦੇ ਦਿਨ 254 ਨਵੇਂ ਕੇਸ ਦਿਖਨੇਗੇ ਥੋਏ 54 ਨਵੇਂ ਕੇਸ ਬਾਰਾਮੂਲਾ ਤੋਂ ਵੀ ਦਿਖਨੇਗੇ ਥੋਏ ਬੜਗਾਮ ਤੋਂ 113 ਲੋਕ ਪੋਜ਼ੀਟਿਵ ਆਏ ਨੇ 65 ਲੋਕ ਪੁਲਵਾਮਾ ਤੋਂ ਪੋਜ਼ੀਟਿਵ ਆਏ ਨੇ 75 ਕੁਪਵਾੜਾ 'ਚ ਨਵੇਂ ਕੇਸ ਦਿਖਨੇਗੇ ਥੋਏ ਅਨੰਤਨਾਗ ਦੀ ਗੱਲ ਕਰਾਂ ਤਾਂ 69 ਨਵੇਂ ਕੇਸ ਅਨੰਤਨਾਗ ਤੋਂ ਦਿਖਨੇਗੇ ਥੋਏ 93 ਨਵੇਂ ਕੇਸ ਬਾਂਡੀਪੂਰਾ ਤੋਂ ਆਏ ਨੇ 41 ਲੋਕ ਗਾਂਦਰਬਲ ਦੇ ਰੋਣੇ ਵਾਲੇ ਅੱਜ ਉਹ ਵੀ ਪੋਜ਼ੀਟਿਵ ਹੋਏ ਨੇ ਜਿਹੜੇ ਕੁਲਗਾਮ ਚੋ ਦਿਖਨੇਗੀ ਤੋਂ ਹੋਏ ਔਰ ਸ਼ੋਪੀਆਂ ਦੇ ਰੋਣੇ ਵਾਲੇ 16 ਲੋਕ ਅੱਜ ਵੀ ਕੋਵਿਡ 19 ਦੇ ਜਾਲ ਚ ਜੜੇ ਨੇ ਉਹ ਫਸੇ ਨੇ। ਹੁਣ ਗੱਲ ਕਰਨੇ ਆ ਕਸ਼ਮੀਰ ਚ ਜੜੀਆਂ ਰਿਕਵਰੀਆਂ ਹੋਈਆਂ ਨੇ ਤੇ 346 ਲੋਕ ਰਿਕਵਰ ਹੋਏ ਨੇ ਸਰਨਗਰ ਤੋਂ 160 ਰਿਕਵਰੀਆਂ ਬਾਰਾਮੂਲਾ ਤੋਂ ਦਿਖਨੇਗੀ ਤੋਂ ਹੀਆਂ 164 ਰਿਕਵਰੀਆਂ ਬੜਗਾਮ ਤੋਂ ਦਿਖਨੇਗੀ ਤੋਂ ਹੀਆਂ ਪੁਲਵਾਮਾ ਦੇ ਰੋਣੇ ਵਾਲੇ 160 ਲੋਕ ਜਿਹੜੇ ਰਿਕਵਰ ਕਰੀਆ ਠਣਾ ਅੱਜ ਦੇ ਦਿਨ 111 ਰਿਕਵਰੀਆਂ ਕੁਪਵਾੜਾ ਤੋਂ ਵੀ ਦਿਖਨੇਗੀ ਤੋਂ ਹੀਆਂ 694 90 694 ਰਿਕਵਰ ਅੱਜ ਕਿਤੇ ਨਾ ਅਨੰਤਨਾਗ ਤੋਂ ਲੋਕ 136 ਲੋਕੇ ਦੀ ਰਿਕਵਰੀ ਕੀਤੀ ਹੈ ਬਾਂਡੀਪੁਰਾ ਤੋਂ 75 ਰਿਕਵਰੀਆਂ ਹੋਈਆਂ ਨੇ ਗੰਦਰਬਲ ਤੋਂ 137 ਰਿਕਵਰੀਆਂ ਹੋਈਆਂ ਕੁਲਗਾਮ ਤੋਂ ਔਰ ਸ਼ੋਪੀਆਂ 'ਚ ਅੱਜ ਦੇ ਦਿਨ 119 ਲੋਕਾਂ ਨੂੰ ਰਿਕਵਰ ਕਰ ਹੀ ਲਿਆ ਔਰ ਉਹ ਆਪਣੇ ਆਪਣੇ ਘਰ ਜਿਹੜੇ ਨਾ ਉਹ ਚਲੀ ਗਏ ਤੇ ਅੱਜ ਦਾ ਅੰਕੜਾ ਮੈਂ ਤੁਹਾਨੂੰ ਹੀ ਦੱਸਿਆ ਕਿ ਅੱਜ ਵੀ ਸਾਡੇ ਜੰਮੂ ਕਸ਼ਮੀਰ 'ਚ 1098 ਕੇਸ ਜਿਹੜੇ ਨਾ ਉਹ ਦਿਖ ਨਹੀਂ ਦਏ 198 ਜਿਹਦੇ ਵਿੱਚੋਂ 324 ਜਿਹੜੇ ਨੇ ਜੰਮੂ ਵਿਭਾਗ ਚ ਦਿਖਨੇ ਹੀ ਥੋਏ ਨੇ ਔਰ 774 ਨਵੇਂ ਕੇਸ ਜਿਹੜੇ ਨੇ ਉਹ ਕਸ਼ਮੀਰ ਵਿਭਾਗ ਚ ਦਿਖਨੇ ਹੀ ਥੋਏ ਔਰ ਅੱਜ ਵੀ ਕੋਵਿਡ 19 ਦੀ ਵਇਆ ਕਰਨੇ ਸਾਡੇ ਜੰਮੂ ਕਸ਼ਮੀਰ ਦੇ 17 ਲੋਕ ਜਿਹੜੇ ਨੇ ਉਹ ਸਾਨੂੰ ਛੱਡੀਏ ਚਲੀ ਏ ਤੇ ਜੀਆਂ ਜੀਆਂ ਬਾਜ਼ਾਰ ਖੁੱਲ੍ਹਾ ਦਾ ਜੀਆਂ ਜੀਆਂ ਸਾਰੇ ਲੋਕ ਆਪਣੇ ਘਰੋਂ ਬਾਹਰ ਨਿਕਲਾ ਦੇਣਾ ਆਪਣੇ ਕੰਮ ਕਾਜਾਂ ਪਰ ਜਾ ਦੇਣਾ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਆਣਾ ਜਾਣਾ ਜਿਹੜਾ ਉਹ ਸ਼ੁਰੂ ਹੋਈਦਾ ਤੇ ਜਾਓ ਪਰ ਇਸ ਚੀਜ਼ ਦਾ ਪੂਰਾ ਪੂਰਾ ਧਿਆਨ ਰੱਖੋ ਕਿ ਮਤੀ ਕੋਈ ਲੋੜ ਹੈ ਬਾਜ਼ਾਰ ਜਾਣੇ ਦੀ ਮਤਾ ਕੋਈ ਜ਼ਰੂਰੀ ਸਮਾਨ ਜਿਹੜਾ ਲਿਆਣਾ ਹੈ ਤਾਂਗੇ ਤੁਸੀਂ ਜਾਓ ਇੰਆ ਜਿਹੜਾ ਉਹ ਨਾ ਜਾਓ ਕਿ ਕਿ ਇਹ ਬਿਮਾਰੀ ਅੱਲੇ ਵੀ ਸਾਡੇ ਵਿੱਚ ਹੈ ਇਸ ਗੱਲ ਦੀ ਭੁੱਲੋ ਨਹੀਂ ਇਸ ਬਿਮਾਰੀ ਨੇ ਅੱਜ ਵੀ 17 ਲੋਕਿਆਂ ਦੀ ਜਾਨ ਲੈ ਲਈ ਹੈ ਆਪਣਾ ਬਚਾਅ ਜਿਹੜਾ ਤੁਸੀਂ ਅੱਪੇ ਰੱਖਣਾ ਹੈ ਆਪਣਾ ਬਚਾਅ ਰੱਖ ਗਏ ਤਾਂ ਆਪਣਾ ਟੱਬਰ ਦਾ ਵੀ ਬਚਾਅ ਰੱਖ ਗਏ ਕਿ ਕਿ ਮੈਂ ਕੱਲ ਵੀ ਆਖਿਆ ਹਾਂ ਮੈਂ ਅੱਜ ਵੀ ਆ ਗਈ ਔਰ ਜਿਹੜਾ ਡੀਆਰਡੀਓ ਹਸਪਤਾਲ ਜਿਹੜਾ ਨਵਾਂ ਬਣਦਾ ਉੱਥੇ ਅੱਲੇ ਵੀ ਵੱਡ ਚ ਕੋਈ ਦੇਣੀ ਹੈ ਜਿਸ ਸਾਬ ਦੇ ਲਾਪਰਵਾਹੀਆਂ ਕਰਾ ਰਹੇ ਹੋ ਜਿਸ ਸਾਬ ਦੇ ਕੇਸ ਵਧਾ ਦੇਣਾ ਇਹ ਨਹੀਂ ਹੋ ਕਿ 3rd ਵੇਵ ਆਈ ਹੈ ਤੇ ਪਰਤੀ ਸਭ ਕੇਸ ਬੰਦ ਹੋਈ ਜਾਂ ਸਾਰੇ ਬਾਜ਼ਾਰ ਸਾਰੇ ਕੰਮਕਾਜ ਜਿਹੜੇ ਪਰਤੀ ਠਾਪ ਹੋਈਆਂ ਤੁਸ ਲੋਕ ਵੀ ਆਓ ਆਪਣੇ ਘਰ ਔਰ ਹਸਪਤਾਲਾਂ ਚ ਲੱਗੀ ਐ ਟੇਰ ਫਿਰ ਬਾਜੂ ਵੱਡਵੇਂ ਨਹੀਂ ਥੋਂਦਾ ਤਾਂ ਘਰੀ ਮੇ ਆਖਾਨੀਆਂ ਆਪਣਾ ਪੂਰਾ ਪੂਰਾ ਧਿਆਨ ਰੱਖੋ ਅੱਜ ਵੀ 1098 ਕੇਸ ਜਿਹੜੇ ਨੇ ਉਹ ਜੰਮੂ ਕਸ਼ਮੀਰ ਚ ਦਿਖਨੇਗੀ ਤੋਂ ਹੈ ਨਾ ਜਿਹਦੇ ਵਿੱਚੋਂ ਤੁਸ ਇਹ ਮੈ ਸੁਣਾਵਾ ਕਿ ਅੱਜ ਦੇ ਦਿਨ 324 ਕੇਸ ਜੰਮੂ ਡਿਵੀਜ਼ਨ ਚ ਆਏ ਨੇ ਔਰ 774 ਕੇਸ ਜਿਹੜੇ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਆਏ ਆ ਤੇ ਤਾਂ ਕਰੀਏ بار بار ਤੁਸੀਂ ਕਿ ਆਖਾਂ ਨਹੀਂ ਆ ਆਪ ਆਪਣੇ ਲਗਾਤਾਰ ਸਾਫ਼ ਰੱਖੋ ਆਪਣਾ ਧਿਆਨ ਰੱਖੋ ਮਾਸਕ ਦੋਰੇ ਦੋਰੇ ਲਾਈਏ ਜਾਓ ਉਸੇ ਵੀ ਕਿਸਮ ਦੀ ਲਾਪਰਵਾਹੀ ਜਿਹੜੀ ਆ ਉਹ ਤੁੰਦੇ ਉੱਪਰ ਪਾਰੀ ਪਈ ਸਕਦੀ ਆ ਲਾਪਰਵਾਹੀ ਬਿਲਕੁਲ ਨਹੀਂ ਕਰੋ ਨਾ ਆਪੇ ਨਾ ਬੱਚਿਆਂ ਕੋਲਾਂ ਔਰ ਬਜ਼ੁਰਗ ਜਿਹੜੇ ਨੇ ਜਿਹੜੇ ਅੱਗੇ ਸ਼ੂਗਰ ਦੇ ਮਰੀਜ਼ ਨੇ ਜਿਨੇ ਬੀਪੀ ਦੀ ਦਿੱਕਤ ਆ ਜਾਂ ਕੋਈ ਵੀ ਔਰ ਬਿਮਾਰੀ ਜਿ ਹੋਣੀਗੀ ਪਹਿਲੇ ਤੂੰ ਐ ਤੋ ਉਹਨਾਂ ਦਾ ਮਤਾਂ ਧਿਆਨ ਰੱਖੋ ਬਜ਼ੁਰਗਿਆਂ ਕੀ ਇਸ ਵੇਲੇ ਬਾਹਰ ਜਿਹੜਾ ਉਹ ਨਹੀਂ ਨਿਕਲਦੋ ਵੈਸੇ ਵੀ ਬੜੀ ਲੂਪ ਹੋ ਆਦੀ ਆ ਆਪਣੇ ਆਪਣੇ ਘਰਾਂ ਇਹ ਬੋਵੋ ਟਿਕਾਈ ਕਰੀਏ ਔਰਾਂ ਪਰ ਤੀ ਆਕ ਕੀ ਡਰਾਣੇ ਤਾਂ ਇੰਨੀ ਆਨ ਨਹੀਂ ਖਾਲੀ ਸਮਝਾਣੇ ਤਾਂ ਹੀ ਆਨ ਨਹੀਂ ਕਿ ਤੁਸ ਲੋਕ ਇਹ ਅੰਕੜਿਆਂ ਕੀ ਦਿਖੀਏ ਅੱਖਾਂ ਜਿਹੜੀਆਂ ਉਹ ਨਹੀਂ ਮੀਟੋ ਐ ਕਿਉਂਕਿ ਸਰਕਾਰ ਤਾਂ ਹੀ ਤੁਸ ਖਾਲੀ ਇੱਕ ਨੰਬਰ ਹੋਈ ਸਕਦੇ ਜਿਸ ਸਾਹ ਦੇ ਇੱਥੇ ਜਿਹੜਾ ਨੰਬਰ ਲਿਖੇ ਰਹਿਣਾ ਪਰ ਇਹ ਨੰਬਰ ਨਹੀਂ ਹੁੰਦੇ ਐ ਇਸ ਪੂਰੇ ਡਾਟਾ ਚ ਜਿਹੜੇ ਲੋਕ ਸ਼ਾਮਿਲ ਹੋਏ ਦੇ ਜਿਹੜੇ ਕਿਸ ਲਾਪਰਵਾਹੀ ਦੀ ਵਯਾ ਕਰਨੇ ਇਸ ਡਾਟਾ ਚ ਸ਼ਾਮਿਲ ਹੁੰਦੇ ਐ ਔਰ ਕਿ ਕਈ ਲੋਕ ਜਿਹੜੇ ਇੰਨਾਂ ਕਿ ਕੋਈ ਬਿਮਾਰੀ ਹੁੰਦੀ ਐ ਤਾਂ ਉਹਨੇ ਕੀ ਉਹ ਜਿਹੜੀ ਜਿੰਨਾ ਇਮਿਊਨ ਸਿਸਟਮ ਥੜਾ ਉੱਟ ਲਾ ਹੁੰਦਾ ਐ ਉਨੇ ਜਿਹੜੀ ਇਹ ਬਿਮਾਰੀ ਤੋਲੇ ਚੰਬੜੀ ਆਂਦੀ ਤਾਂ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਰੱਖੋ ਜਦੋਂ ਜਰੂਰਤ ਜੇ ਤੁਸੀਂ ਗਈ ਪੁੰਦੀਏ ਜਿਸ ਵੇਲੇ ਤੁਸੇ ਲੱਗਦਾ ਕਿ ਨਹੀਂ ਹੁਣ ਕੋਈ ਚਾਰਾ ਹੀ ਨਹੀਂ ਹੈ ਫੇਰ ਗਿਆਸਤਾਲ ਦਾ ਬੂਲ ਜਿਹੜਾ ਉਹ ਖੜਕਾਓ ਆਪਣਾ ਪੂਰਾ ਪੂਰਾ ਧਿਆਨ ਰੱਖੋ ਕਲ ਪ੍ਰਤੀਯਾਗੀ ਬੁਲੇਟਨ 'ਪਰ ਤੁੰਦੇ ਸਾਰੇ ਲੋਕਾਂ ਕਨੇ ਇਹ ਅੰਕੜੇ ਸਾਂਝੇ ਕਰਨ ਤਾਂ ਫਿਲਹਾਲ ਤੁਸਮੇਗੀ ਦੀ ਹੋਏ ਜਾਦਾਤ ਔਰ ਉਮੀਦ ਕਰਨੀ ਹੈ ਤੁਸੀਂ ਸਾਰੀ ਗੱਲਾਂ ਜੜੀਆਂ ਉਹ ਸਮਝ ਜ਼ਰੂਰ ਆਈ ਹੋਣੀ ਆ ਨਮਸਤੇ